ऐशिक कल फ्रेंड्स आज दी साडे चैलेंज ਦਾ ਡੇ 70 ਅੱਜ ਫਤਿਹ ਦਾ ਐਨਵਲ ਫੰਕਸ਼ਨ ਤੇ ਮੈਨੂੰ ਇੱਕਦਮ ਕੁੜੀਆਂ ਵਾਂਗੂ ਬਹੁਤ ਕਿਊਟ ਮੇਕਅਪ ਕਰਕੇ ਸਜਾਇਆ ਸੀ ਮਜ਼ਾਕ ਦੀ ਗੱਲ ਨਹੀਂ ਉਹ ਬਹੁਤ ਖਿੜ ਲੱਗਦਾ ਪਿਆ ਸੀ ਫਿਰ ਸਕੂਲ ਚਲਾ ਗਿਆ ਸੀ ਫਿਰ ਮੈਂ ਵੀ ਨਾ ਤੋ ਕੇ ਆਪਣਾ ਬ੍ਰੇਕਫਾਸਟ ਕੀਤਾ ਮਿਸੇ ਰੋਟੀ ਖਾਦੀ ਫਿਰ ਮੈਂ ਪੂਰੀ ਤਰ੍ਹਾਂ ਤਿਆਰ ਹੋ ਗਈ ਸਾ ਕਿਉਂਕਿ ਉਹਦੇ ਐਨਵਲ ਫੰਕਸ਼ਨ ਤੇ ਜਾਣਾ ਹੀ ਹੈ ਫਿਰ ਅਸੀਂ ਉੱਥੇ ਚਲੇ ਗਏ ਸੀ ਉੱਥੇ ਕਾਫੀ ਪਰਫਾਰਮੈਂਸਸ ਇੰਜੋਏ ਕੀਤੀਆਂ ਫਿਰ ਫਾਈਨਲੀ ਉਹਨਾਂ ਦੀ ਆਈ ਤੇ ਕਾਫੀ ਅੱਛੀ ਸੀ ਮੈਨੂੰ ਲੱਗੀ ਸੀ ਬਹੁਤ ਜ਼ਿਆਦਾ ਪੋਕ ਫਿਰ ਅਸੀਂ ਗਏ ਫੂਡ ਸਟਾਲਸ ਤੇ ਮੈਂ ਆਪਣੀ ਫੇਵਰਿਟ ਪਾਉ ਭਾਜੀ ਖਾਦੀ ਨਾਲ ਖਾਦੀ ਅੰਮੀ ਅੰਮੀ ਫਰਾਈਜ਼ ਫਿਰ ਉਹਨਾਂ ਦਾ ਮੇਨ ਜਿਹੜੀ ਪਰਫਾਰਮੈਂਸ ਸੀ ਗ੍ਰੈਂਡ ਫਿਨਾਲੇ ਹੋਇਆ ਉਹਨਾਂ ਨੇ ਅੰਥਮ ਗਾਇਆ ਉਸ ਤੋਂ ਬਾਅਦ ਜਦੋਂ ਆਇਆ ਮੈਂ ਤੇ ਉਹਦੀ ਰਿਫਰੈਸ਼ਮੈਂਟਸ ਵੀ ਖਾ ਗਈ ਸੈਂਡਵਿਚ ਬਹੁਤ ਯਮੀ ਸੀ ਫਿਰ ਅਸੀਂ ਉੱਥੇ ਕਾਫੀ ਫੋਟੋਸ ਕਲਿੱਕ ਕਰਵਾਈਆਂ ਕਿਉਂਕਿ ਉੱਥੇ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਸੀ ਫੰਕਸ਼ਨ ਤੇ ਜਾਈਏ ਤੇ ਫੋਟੋਸ ਕਲਿੱਕ ਨਾ ਕਰਾਈਏ ਐਸਾ ਹੋ ਨਹੀਂ ਸਕਦਾ ਫਿਰ ਅਸੀਂ ਚੱਲ ਪਏ ਸਾਂ ਘਰ ਨੂੰ ਲੇਕਿਨ ਜਾਣੇ ਜਾਂਦੇ ਅਸੀਂ ਆਈਸਕ੍ਰੀਮ ਖਾਧੀ ਫਿਰ ਅਸੀਂ ਤੁਰ ਗਏ ਬਾਏ